ਦੋਸਤਾਂ ਨੂੰ ਯਾਦ ਹੋਇਆ ਲੋਕਾਂ ਜਿਹੜਾ ਇਹ ਪਾਣੀ ਪੀਣਾ ਪਵਾ ਜੀ ਇਹ ਹੈ। ਦੂਸਰਾ ਇਹ ਇੰਡਸਟਰੀ ਦਾ ਪਾਣੀ ਜਿਹੜਾ ਇਹ ਲੋਕਾਂ ਦੇ ਘਰੇ ਜਿਹੜਾ ਪੋਲਿਊਸ਼ਨ ਤਿਆਰ ਕਰਾਵਾ, ਕਾਫੀ ਬੱਚੇ ਬਿਮਾਰ ਵੀ ਗਏ ਨੇ, ਕਿਸੇ ਡੰਗਰ ਮਰੀਏ ਕਿ ਬੱਚੇ ਬਿਮਾਰ ਹੋਈਏ, ਅਸੀਂ ਲੋਕਾਂ ਦੇ ਘਰ ਪਾਣੀ ਸਵੱਛ ਭਾਰਤ, ਇਹ ਸਵੱਛ ਭਾਰਤ ਲਵਾਲਾ ਤੇ ਇਹ ਪੋਲਿਊਸ਼ਨ ਡਿਪਾਰਟਮੈਂਟ ਦਾ ਜਿਹੜਾ ਇਕੱਠਾ ਸਾਰੇ ਮਿਲੀ ਮੁਲੀ ਪੂਛੇ ਮਿਲੀ ਭਗਤ ਕਰਨਾ ਪੈਸਾ ਬਟੋਰਾ ਖੁੱਲਾ ਕਰੀਏ ਜੀ। ਸਰ ਆਪਕਾ ਨਾਮ ਔਰ ਬਤਾਏ, ਡੈਪੂਟੇਸ਼ਨ ਲੈ ਕੇ ਯਹਾਂ ਪਹੁੰਚੇ ਹੈਂ? ਮੇਰਾ ਨਾਮ ਤੀਰਥ ਸਿੰਘ ਹੈ। ਹਮ ਪਾਣੀ ਜੋ ਆਤਾ ਹੈ ਕੰਪਲਾ ਇੰਡਸਟਰੀ ਕਾ, ਤੋ ਚਾਰ ਪੰਜ ਸਾਲ ਹੋਏ ਹਮ। ਕਹਾਂ ਪਰ ਆਤਾ ਸਰ ਬਤਾਏ ਤੋ? ਉਹ ਆਪਣਾ ਚੱਕ ਕਰੀ ਸਿੰਘ ਮੈਂ। ਅੱਛਾ। ਆਰਡੀ ਨੰਬਰ 1 ਰਾਲੀ ਦਾ ਵੀ ਕਾ ਜੀ, ਉਹ ਨਾਲਾ ਹੈ। ਅਬ ਚਾਰ ਸਾਲ ਹੋ ਗਏ ਫਾਈਟ ਕਰਤੇ, ਸਟੇਸ਼ਨ ਕੇ ਦਫਤਰ ਗਏ, ਹਰ ਜਗ੍ਹਾ ਗਏ, ਲੇਕਿਨ ਕੋਈ ਮਸਲਾ ਨਹੀਂ ਹੱਲ ਹੋਇਆ। ਅਬ ਜੋ ਹੈ ਨਾਲਾ ਉਹ ਸਫਾਈ ਵੀ ਨਹੀਂ ਕਰਤੇ ਆਪ, ਪਹਿਲਾਂ ਸਫਾਈ ਕਰਤੇ ਤੇ ਹਰ ਸਾਲ ਤਾਂ ਉਹ ਨਾਲਾ ਬਿਲਕੁਲ ਬਲਾਕ ਹੋ ਗਿਆ ਔਰ ਗੰਦਾ ਵੀ ਹੈ ਔਰ ਪਾਣੀ ਵੀ ਉਹ ਮਿੱਟੀ ਸੇ ਬਲਾਕ ਵੀ ਹੋ ਗਿਆ। ਅਬ ਜਬ ਪਾਣੀ ਆਏਗਾ ਤਾਂ ਉਹ ਸਾਰਾ ਪਾਣੀ ਰੋਡ ਪਰ ਹੀ ਚਲੇਗਾ, ਕਿਉਂਕਿ ਨਾਲਾ ਤੋਂ ਬੰਦ ਹੋ ਗਿਆ। ਇਸ ਲਈ ਹਮ ਕਈ ਵਾਰ ਇਨਕੇ ਪਾਸ ਆਏ, ਲੇਕਿਨ ਕਿਸੇ ਨੇ ਅਜੇ ਤੱਕ ਨਹੀਂ ਸੁਣਿਆ। ਆਈ ਡੀ ਸੀ ਸਾਹਿਬ ਨੇ ਦਿਆ ਯਕੀਨ ਹੋ ਜਾਏਗਾ, ਸਭ ਠੀਕ ਹੋ ਜਾਏਗਾ। ਕਿਆ ਪਰੇਸ਼ਾਨੀ ਹੈ ਜਿਸ ਤਰ੍ਹਾਂ ਸੇ ਆਪ ਬਤਾ ਰਹੇ ਕਿ ਗੰਦਾ ਪਾਣੀ ਆਤਾ, ਕਿਆ ਕੌਣ ਸੀ ਇੰਡਸਟਰੀ ਕਾ ਆਤਾ ਹੈ ਕੋ ਤੁਰ ਬਤਾਏ? ਇੰਡਸਟਰੀ ਕਾ ਮੈਂ ਪਤਾ ਨਹੀਂ, ਆਤਾ ਮਰੋਲੀ ਸੇ ਜੋ ਇੰਡਸਟਰੀ ਨਈ ਫੈਕਟਰੀ ਬਣੀ ਹੈ ਨਾ, ਇੰਡਸਟਰੀ ਮਰੋਲੀ ਕੀ ਉਨੀ ਫੈਕਟਰੀ ਸੇ ਆਤਾ ਹੈ। ਉਹ ਹਮੇ ਨਾਮ ਨਹੀਂ ਪਤਾ ਕੌਣ ਸੀ ਫੈਕਟਰੀ ਹੈ। ਗਾਉਂ ਗ੍ਰੀਨ ਸਰ, ਹਮਾਰੀ ਸਮੱਸਿਆ ਯਹੀ ਹੈ ਕਿ ਹਮ ਜੋ ਡਿਸਟ੍ਰੀਬਿਊਟਰੀ ਬੰਨ ਹੈ ਪਾਣੀ ਕਾ ਸੂਬਾ ਬੋਲਤੇ ਹੈ, ਉਸਮੇ ਇੰਡਸਟਰੀ ਕਾ ਗੰਦਾ ਪਾਣੀ ਆਤਾ ਹੈ। ਉੱਪਰ ਜੋ ਇੰਡਸਟਰੀ ਬਣੀ ਹੈ, ਜੱਤਾ ਫੈਕਟਰੀ ਹੈ ਜਾਂ ਕੁਛ ਵੀ ਹੈ, ਕੈਮੀਕਲ ਆਤਾ ਹੈ, ਉਸਕਾ ਵੀਡੀਓ ਵੀ ਹਮਨੇ ਡੀ ਸੀ ਸਾਹਿਬ ਕੋ ਦਿਖਾਇਆ ਹੈ, ਔਰ ਅਭੀ ਤੱਕ ਹਮਾਰੀ ਫਸਲ ਨਹੀਂ ਲੱਗੀ, ਨਹਿਰ ਵੀ ਬੰਦ ਹੈ, ਔਰ ਇਹ ਜੋ ਗੰਦਾ ਪਾਣੀ ਆਉਣ ਦੀ ਵਜ੍ਹਾ ਸੇ ਹਮਾਰੀ ਜ਼ਮੀਨ ਹੈ ਜੋ ਸਾਰੀ ਖਰਾਬ ਹੋ ਗਈ। ਆਜ ਹਮਾਰਾ ਡੈਪੂਟੇਸ਼ਨ ਆਇਆ ਥਾ ਡੀ ਸੀ ਸਾਹਿਬ ਕੇ ਪਾਸ, ਔਰ ਡੀ ਸੀ ਸਾਹਿਬ ਨੇ ਉਹ ਵੀਡੀਓ ਵੀ ਦੇਖਾ ਔਰ ਹਮਾਰੀ ਸਮੱਸਿਆ ਸੁਣੀ ਔਰ ਆਸ਼ਵਾਸਨ ਦਿਆ ਹੈ ਕਿ ਆਪਕਾ ਯੇ ਹੋ ਜਾਏ। ਆਪਣਾ ਨਾਮ ਬਤਾਏ ਔਰ ਬਤਾਏਗੇ ਅੱਜ ਮਿਲਨੇ ਆਏ? ਸਰ ਮੇਰਾ ਨਾਮ ਐਸ ਕੇ ਭੰਡਾਰੀ ਹੈ, ਮੈਂ ਜਿਹੜਾ ਫੋਨ ਤੇ ਲਾ ਕਾਰਜਕਰਤਾ ਨਾਲ ਚਾਚਾ ਜੀ ਫੋਨ ਤੇ ਲਾ। ਸਾਡਾ ਮੁੱਦਾ ਇਹ ਹੋਇਆ ਕਿ ਜਿਹੜੀ ਆਮ ਜਨਤਾ ਦੀ ਗੱਲ ਕਹਿਣੀ ਸੁਣਾਈ ਜੀ ਅੱਗੇ, ਇਹ ਵੀਰੇ ਅੱਜ ਦਾ ਮਸਲਾ ਨਹੀਂ ਹੈਗਾ, ਕੋਈ 5-7 ਸਾਲ ਦਾ ਮਸਲਾ ਹੈ, ਮਸਲਾ ਇਹ ਤੁਹਾਡੇ ਸਾਹਮਣੇ ਉਜਾਗਰ ਕਰ ਰਹੇ ਨੇ। ਪਹਿਲਾ ਨੰਬਰ ਇੱਕ, ਪਾਣੀ ਲੋਕਾਂ ਘਰ ਜਿਹੜਾ ਜਿਹੜਾ ਜਲ ਸ਼ਕਤੀ ਜੀਵਨ ਦੇ ਤਹਿਤ ਪਾਣੀ ਲੋਕ ਘਰ ਨਹੀਂ ਪੁੱਜਿਆ, ਨੰਬਰ ਇੱਕ। ਨੰਬਰ ਦੋ ਕਿ ਉੱਥੇ ਇੰਡਸਟਰੀਆਂ ਜਿਹੜੀਆਂ ਲੱਗੀਆਂ ਨੇ ਮਰੋਲੀ ਵਿੱਚ, ਉੱਥੇ ਪੋਲਿਊਸ਼ਨ ਇੰਨਾ ਛੱਡਾ ਦੀਆਂ ਇੰਡਸਟਰੀਆਂ 10-12 ਇੰਡਸਟਰੀ ਲੱਗੀ ਦੀਆਂ, ਉਹ ਪਾਣੀ ਜਿੰਨਾ ਵੀ ਹੁੰਦਾ ਜਿੰਨਾ ਵੀ ਕੈਮੀਕਲ ਆਉਂਦਾ ਸਭ ਇਹਦੇ ਘਰੇ ਇਹ ਨਾਲਾ ਇੱਕ ਚੱਲਦਾ ਡੀ ਬਣਾ ਨਾਲਾ ਦੱਸਦਾ, ਭਰਾ ਦੱਸਦੇ ਆ ਕਿ ਉਹ ਪਾਣੀ ਸਾਰਾ ਓਵਰਫਲੋ ਹੋਈ ਗਿਆ ਸਭ ਇਹਦੇ ਘਰੇ ਆ ਵਾ, ਔਰ ਇੰਨੀ ਬਦਬੂ ਕਿ ਗੱਲ ਕੇ ਮਤ ਪੁੱਛੋ। ਬੱਚੇ ਬਿਮਾਰ ਹੋਈਏ, ਕੁਛ ਡੰਗਰ ਜਾਂ ਪਾਣੀ ਪਸ਼ੂ ਜਿਹੜਾ ਪਾਣੀ ਪੀਂਦੇ ਉਹ ਵੀ ਮਰੀ ਗਏ ਨੇ, ਮਗਰ ਪ੍ਰਸ਼ਾਸਨ ਤੱਕ ਇੰਨਾ ਗੁਹਾਰ ਲਗਾਈ ਲਏ ਕਦੀ ਵੀਰੇ ਉੱਥੇ ਜਿੰਦੇ ਆਪਣੇ ਪੋਲਿਊਸ਼ਨ ਡਿਪਾਰਟਮੈਂਟ ਜਿਹੜਾ ਬੋਰਡ ਹੈ ਉਹਦੇ ਕੋਲ ਜਿੰਦੇ ਉਹਦੀ ਵੀ ਆਪਣੀ ਗੱਲ ਸੁਣੋ ਜਾਂਦੀ ਇੱਥਾਂ ਦੇ। ਅੱਜ ਸਭ ਪਹਿਲਾਂ ਇਹਦੇ ਕੋਲ ਪੈਸੇ ਏ ਸੀ ਆਰ ਸਾਹਿਬ ਕੋਲ ਮਿਲੇ ਸੀ, ਉਹ ਆਖਾ ਜੀ ਅੱਡੀ ਸਾਹ ਦੇ ਉਹਦੇ ਨਾਲ ਗੱਲਬਾਤ ਕਰ ਲਓ, ਅੱਜ ਮਿਲਿਆ ਡੀ ਸਾਹ ਨਾਲ ਆਸ਼ਵਾਸਨ ਦਿੱਤਾ ਹੈ ਫਿਰ ਜਲਦੀ ਤੋਂ ਇਹ ਮਸਲਾ ਹੱਲ ਕੀਤਾ ਹੈ। ਅਸੀਂ ਜਾ ਟਾਈਮ ਨਹੀਂ ਦੇਣਾ, ਅੱਜ ਡੀ ਸਾਹਿਬ ਕੀ ਰਿਕੁਐਸਟ ਕਰੀਏ 2 ਦਿਨ ਦਾ ਟਾਈਮ ਦਿੰਦੇ ਹਾਂ, ਅਗਰ 2 ਦਿਨ ਤੱਕ ਰਹਿੰਦਾ ਮਸਲਾ ਕਿਉਂਕਿ ਫਸਲ ਦਾ ਉੱਪਰ ਹੁਣ ਫਸਲ ਲੱਗਣਾ ਤਿਆਰ ਹੋਈ ਦੇ, ਕਿਉਂ ਪਾਣੀ ਲੋਕਾਂ ਦੇ ਅਗਰ ਪਾਣੀ ਜਲਾ ਚੱਲੇਗਾ ਤਾਂ ਲੋਕਾਂ ਫਸਲਾਂ ਵੀ ਲਾਣੀਆਂ, ਉਹੀ ਪਾਣੀ ਯਾਰ ਕੈਮੀਕਲ ਇਹਦੇ ਜਿਹੜਾ ਖੇਤਰ ਵਿੱਚ ਜ਼ਿਆਦਾਤਰ ਫਸਲਾਂ ਤਾਂ ਬਰਬਾਦ ਹੋਈਆਂ, ਪਹਿਲਾਂ ਵੀ ਨਹੀਂ ਲੱਗਾ ਦੀਆਂ ਹੁਣ ਵੀ ਲੱਗਾ ਦੀਆਂ।